ਇਹ ਕਹਿਣਾ ਹੈਗਾ ਜੀ ਬਾਪੂ ਜੀ 6 ਕਿੱਲੇ 7 ਕਿੱਲੇ ਦੇ ਮਾਲਕ ਹੈਗੇ ਸਿਰਫ, ਜਿਹੜਾ ਕਿ 350 ਕਿੱਲਾ ਰਕਬਾ ਜਿਹੜਾ ਹੈ ਸਿਰਫ ਉਹਨੂੰ ਟਾਰਗੇਟ ਕੀਤਾ ਗਿਆ ਹੈ। 900 ਕਿੱਲੇ 'ਤੇ 45 ਲੱਗੀ ਹੋਈ ਹੈ, ਜਿਹੜਾ ਰਕਬਾ ਬਿਲਕੁਲ ਗਰੀਬ ਲੋਕਾਂ ਦੇ ਕੋਲ ਹੈਗਾ, ਔਰ ਜਿੰਨੀ ਵੀ ਜ਼ਮੀਨ ਉੱਥੇ ਦਰਿਆ ਤੋਂ ਅੱਗੇ ਪੈਂਦੀ ਹੈਗੀ ਹੈ, ਵਿਹੜੇ 'ਚ ਜਾਣਾ ਪੈਂਦਾ ਹੈਗਾ, ਉਹ ਲੋਕ ਗਰੀਬ ਹਨ, ਉਹਨਾਂ ਤਸ਼ੱਦਦ ਕਰਨਾ ਚਾਹੁੰਦਾ ਹੈ ਕਿ ਉਹ ਨਾ ਤਾਂ ਜ਼ਿਆਦਾ ਪ੍ਰੋਟੈਕਟ ਕਰ ਸਕਦੇ ਆ, ਨਾ ਪੈਸਾ ਲਾ ਸਕਦੇ ਆ, ਨਾ ਕਚਹਿਰੀਆਂ ਅਦਾਲਤਾਂ ਜਾ ਸਕਦੇ। ਇਸ ਕਰਕੇ ਇਸ ਬੰਦੇ ਨੂੰ ਹਰਾਸਮੈਂਟ ਕੀਤਾ ਜਾ ਰਿਹਾ ਉਹਨਾਂ ਲੋਕਾਂ ਨੂੰ। ਉਹ ਲੋਕ ਜਿਹੜੇ ਨੇ ਹੈਗੇ ਨੇ ਬਿਲਕੁਲ ਗਰੀਬ ਹਨ, ਜਿਹੜੇ ਲੋਕ ਉਰਲੇ ਪਾਸੇ ਜ਼ਮੀਨ ਨਦੀ ਦੇ ਉਰਲੇ ਪਾਸੇ ਜਾਂ ਸਾਰੇ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਹੈਗੇ ਆ ਜਾਂ ਸਾਰੇ ਪੰਜਾਬ ਵਿੱਚ ਹੈਗੇ ਆ, ਉਹਨਾਂ ਨੂੰ ਛੇੜਿਆ ਜਾ ਰਿਹਾ, ਕਿਉਂਕਿ ਉਹਨਾਂ ਦਾ ਉਹਨਾਂ ਨਾਲ ਗਤਰੁੱਪ ਹੈ ਜਾਂ ਉਹਨਾਂ ਦੀ ਕੋਈ ਕਿਸੇ ਤਰੀਕੇ ਨਾਲ ਉਹਨਾਂ ਨੇ ਪਾਰਟੀ ਦੇ ਬੰਦੇ ਨੇ ਜਾਂ ਕਿਸ ਤਰ੍ਹਾਂ ਹਾਲਾਤ ਬਹੁਤ ਮਾੜੀ ਉਹਨਾਂ ਦੀ। ਤਾਂ ਅੱਜ 26 ਦਿਨ ਹੋ ਗਏ ਉਹਨਾਂ ਨੂੰ, ਯਾਨੀ ਕਿ ਰੋਟੀ ਅੰਨ ਪਾਣਾ ਨਹੀਂ ਖਾ ਰਹੇ, ਪਾਣੀ ਸਿਰਫ ਇਕੱਲਾ ਪਾਣੀ 'ਤੇ ਹੈਗਾ ਡਿਪੈਂਡ ਹੈ, ਅਤੇ ਉਹਨਾਂ ਦੇ ਪੇਟ 'ਚ ਯਾਨੀ ਕਿ ਬਹੁਤ ਜ਼ਿਆਦਾ ਗੰਢਾਂ ਬਣ ਚੁੱਕੀਆਂ ਹਨ, ਅਤੇ ਉਹਨਾਂ ਰੈਫਰ ਤਕਰੀਬਨ ਪਟਿਆਲੇ ਹੋ ਸਕਦਾ ਕਹਿੰਦੇ ਸੀ ਕਰਨਾ ਅਸੀਂ। ਹਾਂਜੀ ਹਾਂਜੀ, ਪੂਰੀ ਧੱਕੇਸ਼ਾਹੀ, ਸਾਰੇ ਪਾਸੇ ਧੱਕੇਸ਼ਾਹੀ ਹੋ ਰਹੀ ਹੈ। ਪੰਜਾਬ 'ਚ ਭਗਵੰਤ ਮਾਨ ਨੇ ਇਹ ਗੱਲ ਕਹੀ ਸੀ, ਅਸੀਂ ਵੋਟਾਂ ਇਸ ਤਰੀਕੇ ਨਾਲ ਪਾਈਆਂ ਸੀਗੀਆਂ ਕਿ ਆਉਂਦਿਆਂ ਨਾਲ ਹੀ ਸੀਟ 'ਤੇ ਬਹਿਣ ਤੋਂ ਪਹਿਲਾਂ ਹੀ ਮੈਂ ਖੜੋ ਕੇ ਹਰੇ ਪਿੰਡ ਵਾਲਿਆਂ ਜ਼ਮੀਨ ਪੱਕੀਆਂ ਆਬਾਦ ਕਰਾਂਗੇ, ਪਰ ਉਹ ਅੱਜ ਤੱਕ ਵੀ ਉਹਨਾਂ ਨੂੰ ਸਗੋਂ ਹਰਾਸਮੈਂਟ ਕਰਨਾ ਚਾਲੂ ਕਰਤਾ। ਇਹ ਜੀ ਸਾਡਾ DC ਦਫ਼ਤਰ ਫਿਰੋਜ਼ਪੁਰ ਦੇ ਅੱਗੇ ਲਗਭਗ 2 ਮਹੀਨਿਆਂ ਤੋਂ ਜਿਹੜਾ ਪੱਕਾ ਮੋਰਚਾ ਲੱਗਿਆ ਹੋਇਆ, ਜਿਹਦੇ ਵਿੱਚ ਸਰਕਾਰ ਵੱਲੋਂ ਮੰਗ ਮੰਨੀ ਹੋਈ ਆ ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦੇਣ ਲਈ, ਅਤੇ ਜੁਮਲਾ ਮਸਲਕਾ ਜਿਹੜੀਆਂ ਜ਼ਮੀਨਾਂ ਉਹਨਾਂ ਦੇ ਮਾਲਕੀ ਹੱਕ ਦੇਣ ਲਈ। ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ 10 T Point 'ਤੇ ਬੈਠੇ ਸੀ, ਮਰਨ ਵਰਤ ਰੱਖਿਆ ਸੀ ਉਹਨਾਂ ਨੇ, ਤਾਂ ਉਦੋਂ ਸਰਕਾਰ ਦੇ ਜਿਹੜੇ ਕੈਬਨਿਟ ਮਿਨਿਸਟਰ ਧਾਲੀਵਾਲ ਸਾਹਿਬ ਆਏ ਸੀਗੇ, ਉਹ ਮੰਗ ਮੰਨ ਕੇ ਗਏ ਸੀ, ਪਰ ਉਸ ਦੇ ਉਲਟ ਉਸ ਮੰਗ ਨੂੰ ਲਾਗੂ ਤਾਂ ਸਰਕਾਰ ਨੇ ਕੀ ਕਰਨਾ ਸੀ, ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਲੋਕਲ MLA ਆ ਰਜਨੀਸ਼ ਦਹੀਆ ਜੀ ਫਿਰੋਜ਼ਪੁਰ ਦੇ, ਉਹਨਾਂ ਵੱਲੋਂ ਸਾਨੂੰ ਜਿਹੜੇ 200 ਪਰਿਵਾਰ ਆ ਜਿਨ੍ਹਾਂ ਵੱਲੋਂ 40-40, 50-50 ਸਾਲਾਂ ਤੋਂ ਲਗਾਤਾਰ ਖੇਤੀ ਕਰਕੇ ਜ਼ਮੀਨਾਂ ਵਾਹੀਯੋਗ ਬਣਾਈਆਂ, ਦਰਿਆ ਟੱਪ ਕੇ ਕੰਡਾਲੀ ਤਾਰ ਟੱਪ ਕੇ, ਉਹ ਜ਼ਮੀਨ ਤੋਂ ਇਲਾਵਾ ਸਾਡੇ ਕਿਸਾਨਾਂ ਕੋਲ ਕੋਈ ਵੀ ਹੋਰ ਸੋਰਸ ਨਹੀਂ, ਉਹੀ ਰੋਜ਼ੀ ਰੋਟੀ ਦਾ ਸਾਧਨ ਆ। ਉਹਨਾਂ ਜ਼ਮੀਨਾਂ ਨੂੰ ਕਿਸਾਨਾਂ ਤੋਂ ਹੜੱਪਣ ਲਈ MLA ਸਾਹਿਬ ਵੱਲੋਂ ਠੇਕੇ ਚਗੋਤੇ ਦੀ ਚਿੱਠੀ ਕਢਵਾਈ ਜਾਂਦੀ ਹੈ ਵਾਰੀ ਵਾਰੀ, ਵੀ ਜ਼ਮੀਨਾਂ ਖੋਹ ਕੇ ਮੈਂ ਆਪਦੇ ਚੇਤਿਆਂ ਨੂੰ ਦੇ ਦਿਆਂ, ਜਦੋਂ ਕਿ ਜਿਹੜੇ ਚੇਤੇ ਜਿਹੜੇ ਉਹਨਾਂ ਦੀਆਂ ਲਿਸਟਾਂ ਪਹਿਲਾਂ ਤਿਆਰ ਕੀਤੀਆਂ ਹੋਈਆਂ MLA ਸਾਹਿਬ ਵੱਲੋਂ, ਅਤੇ ਜਿਹੜੀ ਸਰਕਾਰ ਆ ਉਹ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ MLA ਦੇ ਚੇਤਿਆਂ ਨੂੰ ਦੇਣਾ ਚਾਹੁੰਦੀ ਆ, ਅਤੇ ਇਸੇ ਜ਼ਮੀਨ ਨੂੰ ਹੜੱਪਣ ਲਈ ਜਿਹੜਾ ਹੈਗਾ ਠੇਕੇ ਚਗੋਤੇ ਦੇਣ ਲਈ ਉਹਨਾਂ ਨੇ ਧਾਰਾ 145 ਦੀ ਕਾਰਵਾਈ ਕੀਤੀ ਗਈ। ਇਸ ਮੰਗ ਨੂੰ ਲੈ ਕੇ ਅਸੀਂ ਪਿਛਲੇ 2 ਮਹੀਨਿਆਂ ਤੋਂ ਲਗਭਗ DC ਦਫ਼ਤਰ ਦੇ ਅੱਗੇ ਧਰਨਾ ਸਾਡਾ ਚੱਲ ਰਿਹਾ, ਟਰੈਕਟਰ ਟਰਾਲੀਆਂ ਪਰਿਵਾਰਾਂ ਸਮੇਤ। ਉਹਦੇ ਵਿੱਚ ਸਾਡਾ ਜਿਹੜਾ ਬਾਪੂ ਆ ਦਾਰਾ ਸਿੰਘ ਜਿਹਦੀ ਉਮਰ ਹੈਗੀ 72 ਸਾਲ ਦੀ, ਉਹਨਾਂ ਵੱਲੋਂ ਜਿਹੜਾ ਮਰਨ ਵਰਤ ਸ਼ੁਰੂ ਕੀਤਾ ਗਿਆ, ਕਿਉਂਕਿ ਜਿਹੜੀ ਮੰਗ ਆ ਸਾਰੇ ਕਿਸਾਨਾਂ ਦੀ ਆ, ਸਾਰੇ ਆਮ ਦੀ ਆ, ਮਤਲਬ ਜੋ ਵੀ ਪੰਜਾਬ ਦੇ ਕਿਸਾਨ ਆ, ਜੁਮਲਾ ਮਸਤਰਕ ਵਾਲੇ ਜਾਂ ਵਾਦਕਾਰ ਸਾਰਿਆਂ ਦੀ ਆ, ਪਰ ਪਬਲਿਕ ਜਾਂ ਲੋਕ ਤੰਗ ਨਾ ਹੋਣ, ਉਹਨਾਂ ਨੇ ਆਪਦੇ 'ਤੇ ਜਿਹੜਾ ਲੈ ਕੇ ਜਿਹੜਾ ਮਰਨ ਵਰਤ ਸ਼ੁਰੂ ਕੀਤਾ ਗਿਆ। ਜਦੋਂ 22-23 ਦਿਨ ਬੀਤ ਜਾਣ ਤੋਂ ਬਾਅਦ ਸਰਕਾਰ ਨੂੰ ਚਿੰਤਾ ਹੋਣ ਲੱਗੀ ਵੀ ਇਹਨਾਂ ਨੂੰ ਜਿਹੜਾ ਹੈਗਾ ਵੀ ਅਸੀਂ ਚੱਕ ਲਈਏ, ਉਹਨਾਂ ਨੇ ਜ਼ਬਰਦਸਤੀ ਜਿਹੜਾ ਸਾਡੇ ਕਿਸਾਨ ਨੂੰ ਖਿੱਚਾ ਧੋਈ ਕਰਕੇ ਚੱਕਿਆ। ਉੱਥੇ ਸਭ ਤੋਂ ਵੱਡੀ ਗੱਲ ਇਹ ਆ, ਸਾਡੀਆਂ ਬੀਬੀਆਂ ਵੀ ਮੌਜੂਦ ਸੀ, ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਬਾਬਾ ਜੀ ਨੂੰ ਚੱਕਿਆ ਉੱਥੇ ਧੱਕਾ ਮੁੱਕੀ ਕੀਤੀ, ਅਤੇ ਇਹਨਾਂ ਨਾਲ ਕੋਈ ਵੀ ਮਹਿਲਾ ਕੰਸਟੇਬਲ ਨਹੀਂ ਹੈਗੀਆਂ ਸੀ, ਉਹਨਾਂ ਨੇ ਧੱਕਾ ਮੁੱਕੀ ਕੀਤੀ, ਸਾਡੀਆਂ ਬੀਬੀਆਂ ਨਾਲ ਵੀ ਕੀਤੀ ਜੋ ਉੱਥੇ ਦੇ ਪੁਲਿਸ ਅਧਿਕਾਰੀ ਸੀ, ਉਹਨਾਂ ਨੇ ਧੱਕੇ ਨਾਲ ਚੱਕ ਕੇ ਲਿਆ ਕੇ ਅਤੇ ਉਹਨਾਂ ਨੂੰ ਦਾਖਲ ਕਰਵਾਇਆ ਸਿਵਲ ਹਸਪਤਾਲ, ਜਿੱਥੇ ਉਹਨਾਂ ਨੇ ਉੱਥੇ ਵੀ ਹੈਗਾ ਕੁਛ ਵੀ ਖਾਣ ਪੀਣ ਤੋਂ ਅਤੇ ਇਲਾਜ ਕਰਵਾਉਣ ਤੋਂ ਜਿਹੜਾ ਮਨਾ ਕੀਤਾ ਹੋਇਆ ਸੀ, ਪਰ ਪ੍ਰਸ਼ਾਸਨ ਵੱਲੋਂ
ਜ਼ਬਰਦਸਤੀ ਦੋ ਪਾਸੇ ਉਹਨਾਂ ਦੀਆਂ ਬਾਹਾਂ ਫੜ ਕੇ ਅਤੇ ਉਹਨਾਂ ਨੂੰ ਧੱਕੇ ਨਾਲ ਜਿਹੜਾ ਹੈਗਾ ਡ੍ਰਿਪ ਵਗੈਰਾ ਲਗਾਏ ਗਏ, ਪਰ ਉਹਨਾਂ ਨੇ ਅੱਜ ਵੀ ਆਪਦੇ ਉਹ ਉਸੇ ਦ੍ਰਿੜ ਇਰਾਦੇ 'ਤੇ ਕਾਇਮ ਆ। ਉਹਨਾਂ ਨੇ ਕੁਛ ਵੀ ਨਹੀਂ ਖਾਧਾ, ਇੱਕ ਟੁਕੜਾ ਵੀ ਅੰਨ ਦਾ ਨਹੀਂ ਖਾਧਾ। ਅੱਜ 26-27 ਦਿਨ ਹੋ ਗਏ ਆ ਅਤੇ ਸਿਵਲ ਹਸਪਤਾਲ ਵਾਲਿਆਂ ਨੇ ਉਹਨਾਂ ਨੇ ਇਹਨਾਂ ਨੂੰ ਰੈਫਰ ਕਰਤਾ ਹੈਗਾ ਫਰੀਦਕੋਟ। ਅਸੀਂ ਇਸ ਟਾਈਮ ਫਰੀਦਕੋਟ ਖੜ੍ਹੇ ਹਾਂ, ਉਹਨਾਂ ਦੀ ਹਾਲਤ ਜਿਹੜੀ ਕਾਫੀ ਨਾਜ਼ੁਕ ਦੱਸੀ ਜਾ ਰਹੀ ਆ, ਅਤੇ ਹੁਣ ਸਾਨੂੰ ਡਾਕਟਰ ਸਾਹਿਬ ਕਹਿ ਰਹੇ ਸੀ ਕਿ ਸਾਨੂੰ ਲੱਗ ਰਿਹਾ ਕਿ ਸਾਨੂੰ ਇਹਨਾਂ ਨੂੰ ਪਟਿਆਲੇ ਰੈਫਰ ਕਰਨਾ ਪਊਗਾ। ਸਰਕਾਰ ਵੇਖੋ ਜੀ, ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਧਰਨੇ ਨਹੀਂ ਲਾਉਣੇ ਪੈਣਗੇ, ਲੋਕਾਂ ਦੀ ਸਰਕਾਰ ਆ, ਪਰ ਵੇਖੋ ਕਿਸੇ ਵੀ ਕਿਸਾਨ ਦੀ ਗੱਲ ਨਹੀਂ ਸੁਣੀ ਜਾ ਰਹੀ। ਕਿਸਾਨ ਇੰਨੇ ਦੁਖੀ ਹੋ ਕੇ ਜਿਹੜੇ ਆਪਦੇ ਰੋਡਾਂ 'ਤੇ ਬੈਠੇ ਆ, ਪਰ ਕਿਸਾਨ ਮਰਨ ਨੂੰ ਤਿਆਰ ਆ, ਪਰ ਸਰਕਾਰ ਮੰਗ ਨਹੀਂ ਮੰਨ ਰਹੀ। ਕਿੰਨੀ ਕੁ ਜ਼ਮੀਨ ਹੈ ਇਹ ਜੀ? ਸਾਡੇ ਕੁੱਲ ਰਕਬਾ ਇਕੱਲੇ ਫਿਰੋਜ਼ਪੁਰ ਦੇ ਵਿੱਚ ਹੈਗਾ 15,000 ਕਿੱਲਾ ਸੈਂਟਰਲ ਗੌਰਮੈਂਟ ਦਾ, ਪਰ ਸਿਰਫ ਜਿਹੜਾ ਸਾਡੇ ਕਿਸਾਨਾਂ ਵੱਲੋਂ ਰਕਬਾ ਬਾਦ ਕੀਤਾ ਹੈ, ਜਿਹਨੂੰ ਠੇਕੇ 'ਚ ਗੋਤੇ 'ਤੇ ਖੋਹਣਾ ਚਾਹੁੰਦੇ ਹੈ, ਸਰਕਾਰ ਖੋਹਣਾ ਚਾਹੁੰਦੀ ਕਿਸਾਨਾਂ ਤੋਂ, ਉਹ ਹੈਗਾ 700 ਕਿੱਲਾ ਰਕਬਾ, ਜਿਹੜਾ ਤਾਰਾਂ ਤੋਂ ਪਾਰ ਆ, ਦਰਿਆ ਤੋਂ ਵੀ ਪਾਰ ਆ। ਅਸੀਂ ਕਹਿੰਦੇ ਜੋ ਪਾਲਿਸੀ ਪੂਰੇ ਪੰਜਾਬ ਲਈ ਜਾਂ ਪੂਰੇ ਫਿਰੋਜ਼ਪੁਰ ਦੇ ਕਿਸਾਨਾਂ ਲਈ ਆਊਗੀ, ਉਹ ਸਾਡੇ 'ਤੇ ਲਾਗੂ ਕਰੋ, ਪਰ MLA ਸਾਹਿਬ ਦੇ ਕਹਿਣ 'ਤੇ ਸਾਡੇ ਸਿਰਫ ਥੋੜ੍ਹੇ ਜਿਹੇ ਕਿਸਾਨਾਂ ਤੋਂ ਜਿਹੜੀ ਜ਼ਮੀਨ ਨਾ ਖੋ। ਇਹ ਜਿਹੜਾ ਹੈਗਾ ਸਾਡੇ ਬਾਪੂ ਜੀ ਨੂੰ ਜੇ ਕੁਛ ਵੀ ਜਾਨਲੀ ਮਾਲੀ ਨੁਕਸਾਨ ਦਾ ਹੁੰਦਾ, ਤਾਂ ਇੱਕ ਸਾਡਾ ਜਿਹੜਾ ਲੋਕਲ MLA ਰਜਨੀਸ਼ ਦਈ ਆਮ ਆਦਮੀ ਪਾਰਟੀ, ਉਹ ਅਤੇ ਫਿਰੋਜ਼ਪੁਰ ਪ੍ਰਸ਼ਾਸਨ ਜਿਹੜਾ ਉਹ ਜ਼ਿੰਮੇਵਾਰ ਹੋਊਗਾ। ਅਸੀਂ ਉਨੀ ਦੇਰ ਜਿਹੜਾ ਇਹ ਪ੍ਰੋਟੈਸਟ ਖਤਮ ਨਹੀਂ ਕਰਾਂਗੇ, ਅਤੇ ਇਹਨੂੰ ਹੋਰ ਵੀ ਵੱਡੇ ਪੱਧਰ 'ਤੇ ਜਿਹੜਾ ਕੀਤਾ ਜਾਊਗਾ।